लिखा भला 47 ग्लव्स मैं तद पाया क्योंकि तुम पता मैं नवे लिया तो मैं चलो हत्थ पै जूगी इन्हें फोन की ना इन्हों ना बाहव गद्दिया होने काली ना है गर्मी धुप च जो कालिया जो तो बड़ी अजीब जी लगती वा इधर हेलो मोटा आ गया पहले ही अपना स्वागत ली अजे पहुंचे ही हैं पहले ही आ जाते तू सुना जान आप कैसे हो सो हे गाइस टाइम हो गया वह 4:30 हूँ चलो चलते बारह के बिजने की माल चल रहा दरअसल आ गया मैंने उस गड्डी उतरता सारी तो फिर मत्था मत्था टेक के फिर मैं सौ गया हाँ तो हूँ उठा मैं 4 बजे तो हूँ 4:30 हो गया तो बारह के देखते हूँ कि माल चल पा आ टक्कर गया ये मामे का मुंडा एक बार जिदी ब्लैंड बहर दिखती चल रही है तो गाइस आ सकल चेक करो कि देखो आ पढ़े की लिखा भला 47 नाले जी बोल डिगी जी तो मुंडा चक्कर लगा जी वेलो ये हल है चकली मैं की करनी है रा देते और सुट दे का घर सुट दे सुप जू कि तो लागे सो हे गाइस हुण तुसीं सोचदे गड्डी कितों बैठे आ गड्डी तद बैठे चले पिंड पिंड जाने मॉल च गेड़ी मार के उन्हें एक तो एक थोड़ी जी दाढ़ी सही करा के आने तो खिलरी बड़ी सही नहीं लगती दाढ़ी तो हाँ एक सही करा के आने थोड़ी जी कराने लगेगा टाइम तो नहीं तो फिर मॉल चे आने दाड़ी तो कराया सही पर तुम दिखाई नहीं किसी अजे तक हूँ आए हैं मॉल अमृतसर दे अमृतसर से कहता गुड़वट के मॉल आए हैं पैसे अपने तरीके 10-10 रुपये जो बचे दाड़ी कटाने बाद 10 रुपये तो चलते अंदर हूँ करियो स्केट्स बोर्ड वाला है ला हैंड कई पानी स्विमिंग नहीं दूजे ना हौली जी रील होंगी ना उन्होंने बड़ी हौली है या फिर मैंने लगन दी तो गाय से एक गल दसनी आए पी एल एन होंगे की आंदा वा वेखो दिन ब दिन निके होंगे ये पर महंगी होनी है दसा दी ये मेरे हाथ चो नहीं आती पूरी निकी जी जी एडी सी वह सही रहनी बट नहीं इस मॉल के मेन मोटिव यही आता कि एसी की हवा रही है पर अनफॉर्चुनेटली बत्ती गई है ऐसा जो लास्ट टाइम इतने आया ना उदो आ लैं औकात नहीं है मेरी तो एक गल सुनो अजे नहीं है बात मेरी
ਅਜੇ ਬੜੀ ਮਹਿੰਗੀ ਏ ਇਹ ਉਦੋਂ ਹੀ 180 ਤੇ ਲੱਗੇ ਬੰਨੇ ਕਿਹਦੇ ਬੜੀਆਂ ਲੈਣ ਵਾਲੀਆਂ ਭਰਨਾ ਭਰਨਾ ਪੈਸੇ ਬਚਾਉਣ ਦੇ ਕਰਕੇ ਅਸੀਂ ਲਏ ਚੀਜ਼ਾਂ ਤਾਂ ਲੈ ਲਈਆਂ ਜੋ ਲੈਣੀਆਂ ਖਾਣ ਵਾਲੀਆਂ ਅਤੇ ਹੁਣ ਮੈਂ ਸਟਿੰਗ ਲੈਣ ਨੂੰ ਭੇਜਿਆ ਮੁੰਡੇ ਨੂੰ ਵੀਹਾਂ ਦੀ ਅਤੇ ਆਹ ਤਾਂ ਦਿਖਾ ਦਿੰਦੇ ਬਿੱਲ ਆਹ ਵੇਖ ਲਓ ਅਤੇ ਜਿਹੜੀ ਚੀਜ਼ਾਂ ਲਿਆਂਦੀਆਂ ਵਾ ਉਹਨੇ ਇਹ 'ਚ ਲਿਆਂਦੀਆਂ ਆਪਾਂ ਪੂਰੇ 55 ਰੁਪਏ ਖਰਚੇ ਤੇ ਆ 55 ਦੇ 20 75 ਰੁਪਏ ਪੂਰੇ ਖਰਚ ਕੇ ਚੱਲੇ ਹਾਂ ਘਰ ਨੂੰ ਮੈਨੂੰ ਸਟਿੰਗ ਲੈਣ ਤੀ ਆ ਅਤੇ ਹੁਣ ਪੀਨੇ ਹੀ ਪਹਿਲਾਂ ਤਾਂ ਘਰੇ ਆ ਕੇ ਪੀਵਾਂਗੇ ਜਾਂ ਫਿਰ ਰਾਹ 'ਚ ਪੀਣਾਂਗੇ ਗੱਡੀ 'ਚ ਬਣ ਗਈ ਆ ਪੀ ਵੀ ਲੈਂਦੇ ਹਾਂ ਤੋ ਕੈਸਾ ਖਾਂਦੇ ਹਾਂ ਚੁੱਪ ਪਰ ਇੱਕ ਵਾਰ ਖਾ ਲਾਂਗੇ ਤੁਹਾਨੂੰ ਅਤੇ ਗਾਇਸ ਆਹ ਖਾਂਦੇ ਹਾਂ ਅਤੇ ਪਹਿਲੇ ਟਰਾਈ ਕੀਤੀ ਆ ਅਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਹੈ ਬੜੀ ਮਿੱਠੀ ਲੱਗੀ ਮੈਨੂੰ ਇਹ ਪਲੇਅਰ ਖਾਧੀ ਉਹਨਾਂ ਨੇ ਬੜੀ ਮਿੱਠੀ ਲੱਗੀ ਯਾਰ ਮੈਨੂੰ ਇਹ ਲੂਣ ਜਿਹੀ ਵਾਲੀ ਮਿੱਠੀ ਅਤੇ ਲੂਣ ਵਾਲੀ ਆ ਅਤੇ ਹੁਣ ਖੋਲਿਆ ਮਾਊਥ ਫਰੈਸ਼ਨਰ ਵਧੀਆ ਅਤੇ ਯਾਰ ਆਹ ਖਾਧਾ ਅਤੇ ਸਵਾਦ ਹੀ ਆ ਗਿਆ ਮਤਲਬ ਐਂ ਮੂੰਹ ਫਰੈਸ਼ ਹੋ ਗਿਆ ਕਰੀ ਕਰੂੰਗਾ ਜੇ ਤੁਹਾਨੂੰ ਸੋ ਗਾਇਸ ਇੱਥੇ ਆਏ ਹਾਂ ਲਾਗੇ ਤੁਹਾਨੂੰ ਦਿਖਾਉਂਦਾ ਮੈਂ ਆਹ ਚੀਜ਼ ਦਰਪਣ ਜਿਹੜੇ ਮੋੜਾਂ 'ਤੇ ਯੂਜ਼ ਕੀਤੀ ਜਾਂਦੀ ਹੈ ਕੁੜੀ ਚਮਕਾਉਣ ਡੀ ਹੈ ਜੀ ਇੱਧਰ ਆਇਆ ਫੜੀ ਸਾਈਕਲ ਹੱਥ ਲੱਗ ਗਈ ਦੇਖਾਂ ਬੜਾ ਜੋੜ ਮੁੜਦਾ ਵਿੱਚ ਜੇ ਹੁੰਦਾ ਅੰਦਰ ਵਿੰਗਾ ਹੋ ਜਾਂਦਾ ਸਾਲ ਲਿਆ ਸਾਡੇ ਲੱਗਾ ਉੱਥੇ ਚੌਂਕ 'ਤੇ ਆਵੇ ਸਾਲੇ ਦੇ ਆ ਵੇਖਿਆ ਕਿੰਨੇ ਆਈਫੋਨ ਆ ਗਏ ਇਹ ਸਨਸੈਟ ਵੇਖੋ ਯਾਰ ਕਿੰਨਾ ਸੋਹਣਾ ਲੱਗਦਾ ਸਮਰ 'ਚ ਸਨਸੈਟ ਦੇ ਕਣਕਾਂ ਜੇ ਪੱਕੀਆਂ ਵਾ ਕੱਚੀਆਂ ਜੀਆਂ ਪੱਕੀਆਂ ਨਹੀਂ ਵੱਡੇ ਹੋ ਜਾਣੀਆਂ ਚਲੋ ਸਨਸੈਟ ਵੇਖੋ ਯਾਰ ਹਾਏ ਡੇੜਾ ਆ ਜਾਂਦਾ ਸਨਸੈਟ 'ਤੇ ਅਤੇ ਚਲੋ ਚੱਲਦੇ ਹੁਣ ਘਰ ਨੂੰ ਅਤੇ ਘਰ ਆ ਕੇ ਵੇਖਦੇ ਹੁਣ ਕੀ ਕਰਨਾ ਹੁੰਦਾ ਅਸੀਂ ਹੁਣ ਖਾਣ ਲੱਗੇ ਆੜੀ ਰੋਲੇ ਗੋਲਾ ਰੋਲੇ ਗੋਲਾ ਜੋ ਵੀ ਨਾ ਇਹਦਾ ਅਤੇ ਇੱਕ ਇੱਕ ਸਾਰੇ 'ਚ ਆਉਣੀ ਗੜੀ ਹੋਈ ਇੱਕ ਇੱਕ ਸਾਰੇ 'ਚ ਆਉਣੀ ਆ ਜਿਹੜੀ ਵੀ ਚੀਜ਼ ਖਾਂਦੇ ਨਾ ਅਸੀਂ ਇੱਕ ਇੱਕ ਖਾਂਦੇ ਤਿੰਨੇ ਜਾਣੇ ਮਿਲ ਕੇ ਹਾਲਾਂਕਿ ਠੀਕ ਹੈ ਇੱਕ ਖਾਣ 'ਚ ਸਵਾਦ ਆਉਂਦਾ ਅਸੀਂ ਕਦੀ ਇੱਥੇ ਖਲੋ ਜਾਂਦੇ ਹਾਂ ਕਦੀ ਉੱਥੇ ਖਲੋ ਕੇ ਖਾ ਲੈ ਬੰਨੇ ਹਾਂ ਕਦੀ ਉੱਥੋਂ ਗਾਂਹ ਜਾ ਕੇ ਅਤੇ ਕਦੀ ਇੱਧਰਲੇ ਬੰਨੇ ਜਾ ਕੇ ਬਸ ਇੱਕ ਇੱਕ ਕਰਕੇ ਖਾਂਦੇ ਅਸੀਂ ਸਮਾਨ ਦੀ ਗੱਲ ਨਹੀਂ ਸਵਾਦ ਵੱਡੀਆਂ ਲੱਗਦੀਆਂ ਇਕੱਲੇ ਇਕੱਲੇ ਖਾਈਆਂ ਨੇ ਇੱਦਾਂ ਖਲੋ ਖਲੋ ਕੇ ਤਾਂ ਖਾ ਰਹੇ ਫਿਰ ਸਵਾਦ ਹੁੰਦੀ ਆ ਇਹਨੂੰ ਇੱਕ ਇੱਕ ਕਰਕੇ ਹੁਣ ਤਾਂ ਦੁਖੋ ਨਾ ਤੁਹਾਨੂੰ ਕਿਹੋ ਜਿਹੀ ਅੰਦਰੋਂ ਅਤੇ ਗੈਸ ਗੋਲੀਆਂ ਟਾਈਪ ਦੇ ਨਿਕਲੀਆਂ ਕਰੀਆਂ ਤਾਂ ਇੱਕ ਇੱਕ ਗੋਲੀ ਸਾਰਿਆਂ ਨੂੰ ਆਵੇਗੀ ਇੱਕ ਤੋਂ ਵੱਧ ਕਿਸੇ ਨੂੰ ਨਹੀਂ ਇੱਦਾਂ ਦੀ ਜੇ ਗਾੜੀ ਖਲੋ ਇੱਧਰ ਆਈ ਇੱਧਰ ਆਈ ਚਲੋ ਖਾ ਕੇ ਦੱਸੋ ਰੂਹ ਦੱਸੋ ਕਿਹੜੀ ਲੱਗਦੀ ਹੈ ਕੋਕਾ ਕੋਲਾ ਅਤੇ ਹੁਣ ਮੈਂ ਵੀ ਖਾ ਕੇ ਵੇਖਦਾ ਕਿਹੋ ਜਿਹੀ ਹੈ ਇਹਦਾ ਟੇਸਟ ਕੋਕੋ ਕੋਲੇ ਵਰਗਾ ਵਾ ਜਿੱਦਾਂ ਕੋਕੋ ਕੋਲੇ ਜੰਮ ਖੋਲ ਦਿੰਦੀ ਹੈ ਯਾਰ ਗਾਇਸ ਵੇਖੋ ਸੂਰਜ ਦੀਆਂ ਕਿਰਨਾਂ ਜਿਹੜੀਆਂ ਬੋਰਡ ਦੇ ਵਿੱਚ ਉਹਦੀਆਂ ਆਉਂਦੀਆਂ ਜੀ ਜਿੱਦਾਂ ਕਿ ਬੋਰਡ ਪਾੜ ਕੇ ਵਿੱਚੋਂ ਨਿਕਲੀ ਜਾਂਦੀਆਂ ਜੀ ਅਤੇ ਗਾਇਸ ਤੁਸੀਂ ਜਿਹੜਾ ਸੋਚੋ ਕਿ ਐਵੇਂ ਵੀਡੀਓ ਬਣਾਈ ਜਾਂਦਾ ਵਾ ਮੈਂ ਸਿਰਫ ਜਿੰਨਾ ਹੋ ਸਕੇ ਤੁਹਾਨੂੰ ਨੇਚਰ ਵਿਖਾਉਣ ਦੀ ਕੋਸ਼ਿਸ਼ ਕਰਨ ਦਿਆਂ ਵਾ ਕਿ ਨਜ਼ਰ ਕਿੰਨਾ ਸੋਹਣਾ ਵਾ ਆਪਣਾ ਇੰਡੀਆ ਦਾ ਹਾਂ ਬਸ ਇਹੀ ਵਿਖਾਉਣਾ ਚਾਹੁੰਦਾ ਵਾ ਹੋਰ ਤਾਂ ਮੈਂ ਮਤਲਬ ਦਿਲੀ ਤਾਂ ਸਾਰੇ ਵਿਖਾਉਂਦੇ ਫਾਲਤੂ ਜਿਹੇ ਕੰਮ ਕਿਸੇ ਨੇ ਗੱਡੀ ਲਈ ਕਿਸੇ ਜੋਲੀ ਲੈਣਾ ਅਤੇ ਬਟ ਮੈਂ ਇਹ ਵਿਖਾਉਣਾ ਚਾਹੁੰਦਾ ਕਿ ਤੁਸੀਂ ਨੇਚਰ ਨੂੰ ਪਿਆਰ ਕਰੋ ਯਾਰ ਕਿਉਂਕਿ ਗਰਮੀ ਨੇਚਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਵਾ ਤਾਂ ਰੁੱਖ ਲਾਇਓ ਜਿਹਨੇ ਲਾਉਣੇ ਆ ਮੈਂ ਤਾਂ ਆਪ ਲਾਉਣੇ ਆ ਮੇਰਾ ਪਲੈਨ ਬਣਦਾ ਫਿਰਦਾ ਕਿ ਰੁੱਖ ਲਿਆਈਏ ਯਾਰ ਜਿੰਨਾ ਸਨਸੈਟ ਗਾਇਸ ਸੋਹਣਾ ਦਿਖਾਉਂਦੇ ਨਾ ਸਾਨੂੰ ਮੋਬਾਈਲ 'ਚ ਕੁੱਖ ਵੀ ਨਹੀਂ ਜੇ ਮੋਬਾਈਲ 'ਚ ਤਾਂ 0.00% ਜੀ ਬਾਕੀ ਇਹ ਨੇਚਰ ਲਵਰ ਦੀ ਕਹਿੰਦ ਵੀ ਸਕਦੇ ਆ ਨਿੱਕੇ ਨਿੱਕੇ ਪਾਪੀ ਓਏ ਪੁੱਛਣ ਕੀ ਹੋ ਤੜੀ ਨੂੰ ਹੈਂ ਪੁੱਛੇ ਕਹਿ ਬੋਲੀ ਇਹਨਾਂ ਦੀ ਕਦੀ ਕਰਦੀ ਹੈ ਇਹਦੀ ਵੀ ਨਹੀਂ ਹੈਗੀ ਹੁਣ ਦੇਖੋ ਸਨਸੈਟ ਕੰਪੇਅਰ ਕਰਕੇ ਆ ਦੋ ਜੋੜਾ ਬੈਠਾ ਭਰਾਵਾਂ ਦਾ ਸੇਮ ਟੂ ਸੇਮ ਗਾਇਸ ਕਿੰਨੇ ਪਿਆਰੇ ਪੱਪੀ ਵੇਖੋ ਲਓ ਜੀ ਹੁਣ ਖਾਣ ਲੱਗੇ ਆ ਮੈਂਟੋਸ ਆਹ ਤੇ ਖਾ ਕੇ ਕੱਢ ਕੇ ਇੱਕ ਦੇ ਦੇ ਮਰ ਚੱਲਿਆ ਸੋ ਗਾਇਸ ਟਾਈਮ ਹੋ ਗਿਆ ਵਾ 8:15 ਅਤੇ ਹੁਣ ਕਾਫੀ ਟਾਈਮ ਹੋ ਗਿਆ ਅਤੇ ਠੀਕ ਹੈ ਫਿਰ ਗਾਇਸ ਵਲੌਗ ਨੂੰ ਕਰਦੇ ਇੱਥੇ ਐਂਡ ਅਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਉਹਨਾਂ ਜੋ ਟਾਟਾ ਅਤੇ ਬਾਏ ਬਾਏ